ਅੱਜ ਹੈ ਜੀ ਸਾਡੀ ਸੰਡੇ ਦੀ ਟ੍ਰੇਨਿੰਗ, ਜਿਹਦੇ ਵਿੱਚ ਅਸੀਂ ਪੂਰੇ 10 ਹੋਮ ਕਲੀਨਿੰਗ ਦੇ ਪ੍ਰੋਡਕਟ ਨੇ ਜਿਹੜੇ ਉਹ ਬਣਾਉਣੇ ਸਿਖਾਉਂਦੇ ਹਾਂ, ਜਿਨ੍ਹਾਂ ਦੇ ਵਿੱਚੋਂ ਡਿਟਰਜੈਂਟ ਪਾਊਡਰ ਯਾਨੀ ਸਰਫ, ਲਿਕੁਇਡ ਡਿਟਰਜੈਂਟ, ਡਿਸ਼ਵਾਸ਼ ਜੈੱਲ ਯਾਨੀ ਭਾਂਡੇ ਧੋਣ ਵਾਲਾ ਜੈੱਲ, ਟੀਫੋਲ, ਫਰਨੈਲ, ਟੋਇਲਟ ਕਲੀਨਰ, ਬਾਥਰੂਮ ਕਲੀਨਰ, ਹੈਂਡ ਵਾਸ਼, ਗਲਾਸ ਕਲੀਨਰ ਅਤੇ ਸਰਫੇਸ ਕਲੀਨਰ। ਦੋਸਤੋ ਇਹ ਪੂਰੇ 10 ਪ੍ਰੋਡਕਟ ਤੁਹਾਨੂੰ ਇਸ ਟ੍ਰੇਨਿੰਗ ਦੇ ਵਿੱਚ ਅਸੀਂ ਬਣਾਉਣੇ ਸਿਖਾਉਂਦੇ ਹਾਂ। ਸੋ ਹਰ ਸੰਡੇ ਨੂੰ ਇਹ ਆਪਣੀ ਟ੍ਰੇਨਿੰਗ ਹੁੰਦੀ ਹੈ ਜੀ, ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਜਿਹੜੀ ਟ੍ਰੇਨਿੰਗ ਕੰਪਲੀਟ ਹੋ ਜਾਂਦੀ ਹੈ। ਇੱਕੇ ਸੰਡੇ ਆਉਣਾ ਪਊ ਦੋਸਤੋ, ਤੁਹਾਨੂੰ ਇੱਕ ਸੰਡੇ ਦੇ ਵਿੱਚ ਇਹ ਪੂਰੀ ਟ੍ਰੇਨਿੰਗ ਕੰਪਲੀਟ ਹੋ ਜਾਂਦੀ ਹੈ। ਅਤੇ ਜਿਹਦੇ ਵਿੱਚ ਅਸੀਂ ਤੁਹਾਨੂੰ 3100 ਰੁਪਏ ਦਾ ਇਹ ਜਿਹੜਾ ਪੂਰਾ ਕੋਰਸ ਹੈ, ਪੂਰੀ ਟ੍ਰੇਨਿੰਗ ਹੈ, 3100 ਰੁਪਏ ਦੀ ਟ੍ਰੇਨਿੰਗ ਹੈ ਜੀ। ਅਤੇ ਇਸ 3100 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਸਵੇਰ ਦਾ ਜਿਹੜਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਨਾਲ ਜਿਹੜਾ ਇੱਕ ਬੁੱਕਲੇਟ ਹੈ ਅਤੇ ਜਿਹਦੇ ਵਿੱਚ ਲਿਖਿਆ ਹੁੰਦਾ ਕਿਹੜਾ ਕਿੰਨੇ ਪ੍ਰਸੈਂਟ ਕਿਹੜਾ ਕਿੰਨਾ ਪਊਗਾ, ਕਿਹੜਾ ਕਿੰਨਾ ਪਊਗਾ ਗ੍ਰਾਮਾਂ ਦੇ ਵਿੱਚ, ਉਹ ਸਾਰਾ ਲਿਖਿਆ ਹੁੰਦਾ ਜੀ ਪਰਫੋਰਮਾ। ਅਤੇ ਨਾਲ ਹੀ ਅਸੀਂ ਇੱਕ ਸਰਟੀਫਿਕੇਟ ਦਿੰਦੇ ਹਾਂ ਜੀ, ਜਿਹਨੂੰ ਤੁਸੀਂ ਉਹ ਯੂਜ ਕਰਕੇ ਸਰਟੀਫਿਕੇਟ ਆਪਦੇ ਘਰੋਂ ਇਹ ਕੰਮ ਤੋਰ ਸਕਦੇ ਹੋ। ਅਤੇ ਦੋਸਤੋ ਅਗਰ ਇਹ ਕੰਮ ਤੋੜਨ ਦੀ ਗੱਲ ਕਰੀਏ ਤਾਂ ਤੁਸੀਂ ਚਾਹੇ 2000-4000 ਜਿੰਨੇ ਮਰਜ਼ੀ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ, ਇਹ ਆਪਣੇ ਘਰ ਤੋਂ ਕੰਮ ਸਟਾਰਟ ਕਰ ਸਕਦੇ ਹੋ 2000-4000 ਚ। ਅਤੇ ਦੋਸਤੋ ਨਾਲ ਹੀ ਇਹਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਕੰਮ ਦੇ ਲਈ ਕੋਈ ਤੁਹਾਨੂੰ ਡਿਜੀਟਲ ਮਸ਼ੀਨ ਲੈਣ ਦੀ ਲੋੜ ਨਹੀਂ, ਅਸੀਂ ਸਾਰੀਆਂ ਚੀਜ਼ਾਂ ਤੁਹਾਨੂੰ ਹੱਥਾਂ ਦੇ ਉੱਤੇ ਬਣਾਉਣੀਆਂ ਸਿਖਾਵਾਂਗੇ। ਇੱਕ ਡਿਜੀਟਲ ਸਿਰਫ ਸਾਹਮਣੇ ਜਿਹੜਾ ਕੰਡਾ ਪਿਆ ਜਿਹਦੇ ਉੱਤੇ ਆਪਾਂ ਤੋਲਾਂਗੇ, ਨਾਪ ਤੋਲ ਕਰਾਂਗੇ, ਇਹ ਤੁਹਾਨੂੰ ਲੈਣਾ ਪਊਗਾ। ਅਤੇ ਦੋਸਤੋ ਇਹਦੇ ਲਈ ਕੋਈ ਵੱਖਰੀ ਫੈਕਟਰੀ ਜਾਂ ਵੱਖਰਾ ਸੈਟਅਪ ਲਾਉਣ ਦੀ ਲੋੜ ਨਹੀਂ, ਤੁਸੀਂ ਆਪਣੇ ਇੱਕ ਘਰ ਦੇ ਇੱਕ ਕਮਰੇ ਤੋਂ ਸਟਾਰਟ ਕਰ ਸਕਦੇ ਹੋ, ਕੋਈ ਬਾਹਲਾ ਵੱਡਾ ਇਹਦੇ 'ਚ ਸੈਟਅਪ ਲਾਉਣ ਦੀ ਲੋੜ ਨਹੀਂ। ਸੋ 3100 ਰੁਪਇਆ ਜੀ ਇਹ ਆਪਾਂ ਸਰਫ ਬਣਾ ਰਹੇ ਹਾਂ ਅਤੇ 3100 ਰੁਪਇਆ ਫੀਸ ਰੱਖੀ ਹੋਈ ਹੈ ਜੀ ਆਪਾਂ ਨੇ। 3100 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ 10 ਕਲੀਨਿੰਗ ਪ੍ਰੋਡਕਟ ਹੈ ਜਿਹੜੇ ਬਣਾਉਣੇ ਸਿਖਾਵਾਂਗੇ। ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰਾਂ 'ਤੇ ਕਾਲ ਕਰ ਲਓ ਜੀ, ਕਾਲ ਕਰਕੇ ਤੁਸੀਂ ਆਪਣੀ ਸੀਟ ਬੁੱਕ ਕਰਾ ਲਓ, ਜਿਹਦੇ ਵਿੱਚ ਤੁਸੀਂ 500 ਰੁਪਇਆ ਸਾਨੂੰ ਪਹਿਲਾਂ ਗੂਗਲ ਪੇ ਕਰ ਦਿਓ, ਅਤੇ ਜਿਹੜੇ ਨੰਬਰ ਦੇ ਵਿੱਚ ਗੂਗਲ ਪੇ ਕਰੋਗੇ ਉਸੇ ਨੰਬਰ 'ਤੇ ਸਕਰੀਨਸ਼ੋਟ ਭੇਜ ਦਿਓ ਅਤੇ ਤੁਹਾਡੀ ਸੀਟ ਬੁੱਕ ਕਰ ਲਈ ਜਾਏਗੀ। ਅਤੇ ਸੰਡੇ ਨੂੰ 10 ਵਜੇ ਤੋਂ ਪਹਿਲਾਂ ਤੁਸੀਂ ਪਹੁੰਚਣਾ, 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇਹ ਕੰਪਲੀਟ ਹੈ ਜਿਹੜੀ ਟ੍ਰੇਨਿੰਗ ਹੋ ਜਾਂਦੀ ਹੈ। ਤਾਂ ਪੂਰੇ 10 ਪ੍ਰੋਡਕਟਾਂ ਦੀ ਜਿਹੜੀ ਜਾਣਕਾਰੀ ਹੈ ਅਤੇ ਨਾਲ ਹੀ ਕਿਵੇਂ ਵੇਚਣਾ, ਕਿਵੇਂ ਬਣਾਉਣਾ, ਕਿੱਥੋਂ ਮਟੀਰੀਅਲ ਕੱਚਾ ਮਾਲ ਮਿਲੂਗਾ ਜਾਂ ਕਿੱਥੋਂ ਕੀ ਗੱਲਬਾਤ, ਸਾਰੀ ਤੁਹਾਡੇ ਜਿੰਨੇ ਵੀ ਮਾਇੰਡ ਦੇ ਵਿੱਚ ਸਵਾਲ ਹੋਣਗੇ ਉਹ ਸਵਾਲ ਤੁਹਾਡੇ ਸੰਡੇ ਨੂੰ ਇਸ ਟ੍ਰੇਨਿੰਗ ਦੇ ਵਿੱਚ ਕੰਪਲੀਟ ਕੀਤੇ ਜਾਣਗੇ। ਅਤੇ ਬਾਕੀ ਆਓ ਕਰਦੇ ਹਾਂ ਗੱਲਬਾਤ ਆਪਾਂ, ਜਿਹੜੇ ਇਹ ਟ੍ਰੇਨਿੰਗ ਲੈਣ ਆਏ ਨੇ ਉਹਨਾਂ ਨੂੰ ਇਹ ਟ੍ਰੇਨਿੰਗ ਲੈ ਕੇ ਸੰਤੁਸ਼ਟੀ ਹੋਈ ਜਾਂ ਨਹੀਂ ਹੋਈ, ਉਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ 'ਚ ਕਰ ਲੈਂਦੇ ਹਾਂ। ਇਹ ਟ੍ਰੇਨਿੰਗ ਹਰ ਸੰਡੇ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਆਪਣੀ ਫੈਕਟਰੀ ਪਿੰਡ ਤਲਵਾੜਾ ਅਤੇ ਨਾਲ ਹੀ ਸਿਟੀ ਪੈਂਦੀ ਹੈ ਜੀ ਜਾਖਲ, ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਆਪਣੇ ਪਿੰਡ ਦੇ ਵਿੱਚ ਹੀ ਆਪਣੇ ਜਿਹੜਾ ਫੈਕਟਰੀ ਲਾਈ ਹੋਈ, ਆਪਾਂ ਫੈਕਟਰੀ ਦੇ ਵਿੱਚ ਹੀ ਟ੍ਰੇਨਿੰਗ ਦਿੰਦੇ ਹਾਂ ਅਤੇ ਬਾਕੀ ਕੰਟੈਕਟ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਸਭ ਨੂੰ ਪਤਾ ਹੈ ਕਿ ਆਪਣੀ ਸੰਡੇ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ, ਆਪਾਂ 10 ਹੋਮ ਕਲੀਨਿੰਗ ਪ੍ਰੋਡਕਟ ਬਣਾਉਣੇ ਸਿਖਾਉਂਦੇ ਹਾਂ। ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਕਿ ਬਣ ਕੇ ਤਿਆਰ ਹੋ ਚੁੱਕੇ ਨੇ, ਅਤੇ ਇਹਨਾਂ ਦੇ ਵਿੱਚੋਂ ਜਿਵੇਂ ਆਹ ਸਰਫ ਤੁਸੀਂ ਦੇਖ ਸਕਦੇ ਹੋ, ਸਰਫ ਹੈ ਜੀ, ਅਤੇ ਆਪਣਾ ਨਾਲ ਹੀ ਤੁਸੀਂ ਦੇਖ ਸਕਦੇ ਹੋ ਸਰਫੇਸ ਕਲੀਨਰ ਹੈ ਜੀ, ਗਲਾਸ ਕਲੀਨਰ ਹੈ ਜੀ, ਅਤੇ ਹੈਂਡ ਵਾਸ਼ ਹੈ ਜੀ। ਇਹਦੇ ਵਿੱਚੋਂ ਤੁਸੀਂ ਆ ਟੋਇਲਟ ਕਲੀਨ, ਬਾਥਰੂਮ ਕਲੀਨਰ ਅਤੇ ਨਾਲ ਹੀ ਟੋਇਲਟ ਕਲੀਨਰ, ਅਤੇ ਆਹ ਤੁਸੀਂ ਦੇਖ ਸਕਦੇ ਹੋ ਇੱਧਰ ਜਿਹੜਾ ਭਾਂਡੇ ਧੋਣ ਵਾਲਾ ਲਿਕੁਇਡ ਹੁੰਦਾ ਡਿਸ਼ਵਾਸ਼, ਅਤੇ ਆਹ ਹੁੰਦਾ ਆਪਣਾ ਕੱਪੜੇ ਧੋਣ ਵਾਲਾ ਜੈੱਲ ਹੁੰਦਾ ਜੀ, ਇਹ ਲਿਕੁਇਡ ਡਿਟਰਜੈਂਟ, ਅਤੇ ਨਾਲ ਟੀਪੋਲ ਹੈ। ਆਹ 3 ਤਰ੍ਹਾਂ ਦੇ ਆਪਾਂ ਨੇ ਅੱਜ ਬਣਾਏ ਨੇ ਜੀ, ਫਰਨੈਲ ਬਣਾਈ 3 ਤਰ੍ਹਾਂ ਦਾ, ਵਾਈਟ, ਪਿੰਕ ਅਤੇ ਆ ਹਲਕਾ ਜਿਹਾ ਇਹਨੂੰ ਬਲੂ ਕਲਰ ਦਿੱਤਾ, ਨੀਲਾ ਕਲਰ ਦਿੱਤਾ। ਸੋ ਅੱਜ ਆਪਾਂ ਗੱਲਬਾਤ ਕਰਵਾਵਾਂਗੇ, ਕਿਉਂਕਿ ਬਹੁਤ ਸਾਰੇ ਵੀਰ ਜਿਹੜੇ ਫੋਨ ਕਰਦੇ ਨੇ ਟ੍ਰੇਨਿੰਗ ਵਾਸਤੇ, ਉਹਨਾਂ ਦੇ ਕਈ ਸਵਾਲ ਹੁੰਦੇ ਨੇ, ਉਹ ਸਵਾਲ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ।
ਕਿ ਇਹਨਾਂ ਨੂੰ ਇੱਥੇ ਟ੍ਰੇਨਿੰਗ ਦੇ ਆ ਕੇ ਕਿਵੇਂ ਲੱਗਿਆ ਅਤੇ ਤੁਹਾਨੂੰ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ। ਦੋਸਤੋ ਮੈਂ ਖਾਸ ਰਿਕਮੈਂਡ ਕਰਦਾ ਹੁੰਦਾ ਕਿ ਜਿਹੜੇ ਵੀਰ ਫੌਜੀ ਰਿਟਾਇਰ ਨੇ ਜਾਂ ਜਿਹੜਾ ਕੋਈ ਸਰਕਾਰੀ ਜੋਬ ਤੋਂ ਰਿਟਾਇਰ ਹੈ ਜਾਂ ਕੋਈ ਬੇਰੁਜ਼ਗਾਰ ਹੈ ਜਾਂ ਫਿਰ ਕੋਈ ਪ੍ਰਾਈਵੇਟ ਜੋਬ ਤਾਂ ਕਰਦਾ ਪਰ ਸੰਤੁਸ਼ਟ ਨਹੀਂ ਹੈਗਾ ਜਾਂ ਫਿਰ ਜਿਹਦੇ ਕੋਲ 4 ਰੁਪਈਏ ਹੈਗੇ ਨੇ ਉਹ ਇਨਵੈਸਟ ਕਰਨਾ ਚਾਹੁੰਦਾ ਅਤੇ ਸੋਚ ਰਿਹਾ ਮੈਂ ਕੀ ਕੰਮ ਤੋਰਾਂ, ਤਾਂ ਦੋਸਤੋ ਆਹ ਕੰਮ ਬਹੁਤ ਵਧੀਆ ਇਹ, ਕਿਉਂਕਿ ਸਰਫ ਹੈ ਇਹਦੀ ਜ਼ਿੰਦਗੀ ਭਰ ਲੋੜ ਪਊਗੀ, ਜਿੰਨਾ ਚਿਰ ਮਰਦੇ ਨਹੀਂ ਉਨਾ ਚਿਰ ਇਹਦੀ ਲੋੜ ਏ ਲੋੜ ਹੈ। ਇਹ ਹਮੇਸ਼ਾ ਜਿਹੜੀਆਂ ਚੀਜ਼ਾਂ ਆਪਾਂ ਬਣਾਉਣੀਆਂ ਸਿਖਾਉਂਦੇ ਜਾਂ ਬਣਾਉਂਦੇ ਹਾਂ ਇਹ ਉਹ ਚੀਜ਼ਾਂ ਨੇ ਜਿੰਨਾ ਚਿਰ ਜੀਵਾਂਗੇ ਇਹਨਾਂ ਦੀ ਜ਼ਰੂਰਤ ਪੈਣੀ ਹੈ ਇਹ ਕਦੇ ਨਾ ਖਤਮ ਹੋਣ ਵਾਲਾ ਬਹੁਤ ਸੋਹਣਾ ਚੰਗੇ ਪ੍ਰੋਫਿਟ ਵਾਲਾ ਬਿਜ਼ਨਸ ਹੈ। ਪੈਸੇ ਤੋਂ ਪਾਣੀ ਤੋਂ ਪੈਸਾ ਬਣਾਉਣਾ ਦੱਸ ਸਿਖਾਉਂਦੇ ਹਾਂ, ਇਹ ਸਾਰੀਆਂ ਚੀਜ਼ਾਂ ਪਾਣੀ ਤੋਂ ਤਿਆਰ ਹੁੰਦੀਆਂ ਨੇ ਅਤੇ ਬਹੁਤ ਸੋਹਣੇ ਮਾਰਜਨ 'ਤੇ ਵਿਕਦੀਆਂ ਨੇ। ਦੋਸਤੋ ਕੰਪਨੀਆਂ ਆਪਾਂ ਨੂੰ ਹੈਂਡ ਵਾਸ਼, ਟੋਇਲਟ ਕਲੀਨਰ, ਬਾਥਰੂਮ ਕਲੀਨਰ ਜਿਹੜੀਆਂ ਵੀ ਚੀਜ਼ਾਂ ਆਪਾਂ ਬਣਾਈਆਂ ਨੇ, ਗਲਾਸ ਕਲੀਨਰ, ਇਹ ਪਾਣੀ ਪਾ ਕੇ ਕਿੰਨੀਆਂ ਸਸਤੀਆਂ ਚੀਜ਼ਾਂ ਆਪਾਂ ਨੂੰ ਕਿੰਨੀਆਂ ਮਹਿੰਗੀਆਂ ਮਿਲੀ ਜਾਂਦੀਆਂ ਨੇ, ਇਹ ਤੁਸੀਂ ਆਹ ਟ੍ਰੇਨਿੰਗ ਦੇ ਵਿੱਚ ਆ ਕੇ ਪੂਰਾ ਤੁਹਾਨੂੰ ਕਨਫਰਮ ਹੋ ਜੂਗਾ ਅਤੇ ਤੁਸੀਂ ਹੈਰਾਨ ਹੋ ਜਾਓਗੇ ਵੀ ਯਾਰ ਇਹ ਇਸ ਰੇਟ 'ਚ ਤਿਆਰ ਹੁੰਦੀਆਂ ਨੇ ਅਤੇ ਇਹ ਰੇਟ 'ਚ ਬਣਦੀਆਂ ਨੇ। ਬਾਈ ਜੀ ਜਿਹੜੀ ਚੀਜ਼ ਆਪਣੇ 20 ਰੁਪਏ ਦੀ ਤਿਆਰ ਹੁੰਦੀ ਹੈ 100-100 ਰੁਪਏ ਦੀ ਵਿਕਦੀ ਹੈ, ਤੁਸੀਂ ਹਿਸਾਬ ਲਾ ਲਓ ਵੀ ਮੁਨਾਫਾ ਕਿੰਨਾ, ਮਾਰਜਨ ਕਿੰਨਾ। ਤਾਂ ਆ ਜਾਓ ਆਪਾਂ ਵੀਰ ਹੋਰਾਂ ਨਾਲ ਗੱਲਬਾਤ ਕਰਾਂਗੇ, ਸਾਰੇ ਆਏ ਨੇ, ਸਭ ਤੋਂ ਪਹਿਲਾਂ ਆਪਾਂ ਅੰਕਲ ਜੀ ਆਏ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਰਨਾਲ ਤੋਂ ਆਇਆ ਅੱਜ ਸਤਨਾਮ ਸਿੰਘ ਜੀ ਕੋਲ, ਬਹੁਤ ਮਜ਼ਾ ਆਇਆ, ਬਹੁਤ ਅੱਛਾ ਲੱਗਾ ਆ ਕੇ ਇੱਥੇ, ਬਹੁਤ ਪਿਆਰੇ ਬੰਦੇ ਨੇ, ਬਹੁਤ ਪਿਆਰ ਨਾਲ ਅਤੇ ਬਹੁਤ ਬੜੇ ਆਰਾਮ ਨਾਲ ਸਮਝਾਇਆ ਇਹਨੇ ਸਾਰਾ ਕੁਛ, ਸਾਨੂੰ ਗਾਰੇ ਸਾਜ ਸਮਝ ਆ ਗਈ ਇਹਨਾਂ ਦੀ, ਅਸੀਂ ਜਾ ਕੇ ਆਪਣਾ ਕੰਮ ਕਰਾਂਗੇ ਅਤੇ ਆਪਣੇ ਕੰਮ ਨੂੰ ਅੱਗੇ ਵਧਾਵਾਂਗੇ। ਅਤੇ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਜੀ। ਹੋਰ ਵੀ ਜੀ, ਅੱਛਾ ਤੁਸੀਂ ਜਦੋਂ ਮੰਨ ਲਓ ਆਉਣੇ ਆਪਾਂ, ਹੈ ਨਾ, ਬਹੁਤ ਸਾਰੇ ਸਵਾਲ ਹੁੰਦੇ ਨੇ ਆਪਣੇ ਮਨ 'ਚ, ਵੇਚਣ ਨੂੰ ਲੈ ਕੇ, ਖਰੀਦ ਕੱਚਾ ਮਾਲ ਕਿੱਥੋਂ ਮਿਲੂਗਾ, ਬੋਤਲਾਂ ਸਟੀਕਰ ਕਿੱਥੋਂ ਮਿਲਣੀਆਂ, ਕਿਵੇਂ ਵੇਚਾਂਗੇ, ਕੀ ਗੱਲਬਾਤ ਹੈ, ਬਹੁਤ ਸਾਰੇ ਸਵਾਲ। ਅੱਛਾ ਕੋਈ ਸਵਾਲ ਹੁਣ ਤੁਹਾਨੂੰ ਮੈਂ ਇੱਕੋ ਗੱਲ ਕਹਿਣਾ ਹੁੰਦਾ ਵੀ ਟ੍ਰੇਨਿੰਗ 'ਚ ਸਾਰੇ ਹੱਲ ਕਰਕੇ ਤੋਰਾਂਗੇ, ਕੋਈ ਮਾਇੰਡ ਦੇ ਵਿੱਚ ਸਵਾਲ ਬਚਿਆ ਤਾਂ ਨਹੀਂ? ਨਹੀਂ ਜੀ। ਸੰਤੁਸ਼ਟੀ ਹੋ ਗਈ? ਸਾਰੀ ਸੰਤੁਸ਼ਟੀ। ਅੱਛਾ 3100 ਰੁਪਇਆ ਸੀ ਤੁਹਾਡੇ ਤੋਂ ਲਿਆ, ਤੁਹਾਡਾ 3100 ਲੱਗਿਆ, 3100 ਰੁਪਇਆ ਤੁਹਾਨੂੰ ਐਂ ਤਾਂ ਨਹੀਂ ਲੱਗ ਰਿਹਾ ਵੀ ਯਾਰ ਉਈ ਲਾਤਾ? ਨਹੀਂ ਜੀ ਨਹੀਂ, ਸਾਰੇ ਸੰਤੁਸ਼ਟੀ ਹੋ ਗਈ, ਵਸੂਲ ਹੋ ਗਿਆ ਪੈਸਾ? ਹਾਂਜੀ, ਪੈਸਾ ਵਸੂਲ ਹੈ ਜੀ। ਤਾਂ ਦੋਸਤੋ ਮੈਂ ਕਹਿਣਾ ਹੁੰਦਾ ਵੀ ਯਾਰ ਸਵਾਦ ਆ ਜੂ, ਇੱਕ ਗੱਲ ਇਹ ਵੀ ਹੁੰਦੀ ਹੈ ਅਤੇ ਕਿਉਂ ਅੰਕਲ ਜੀ ਤੁਸੀਂ ਤਾਂ, ਹੈ ਨਾ, ਬਹੁਤ ਉਮਰ ਤੁਹਾਡੀ, ਹੈ ਨਾ, ਹੰਡੇ ਵੀ ਗਏ, ਕੰਢੇ ਵੀ ਗਏ, ਬਹੁਤ ਕੁਛ ਹੋ ਗਿਆ ਤੁਹਾਡਾ, ਤਾਂ ਤੁਸੀਂ ਐਂ ਦੱਸੋ ਵੀ 3100 ਰੁਪਏ ਦੇ ਵਿੱਚ ਇਹ ਟ੍ਰੇਨਿੰਗ 'ਚ ਕੋਈ ਘਾਟਾ ਤਾਂ ਨਹੀਂ? ਕੀ ਮਤਲਬ 3100 'ਚ ਆਪਾਂ ਸਿੱਖ ਕੀ ਚੀਜ਼ ਰਹੇ ਹਾਂ, ਜ਼ਿੰਦਗੀ ਦੇ ਵਿੱਚ ਕਿੰਨੀ ਕੰਮ ਆਉਣ ਵਾਲੀ ਚੀਜ਼ ਰਹੇ ਹਾਂ ਵੀ ਇਹ ਚੀਜ਼ ਦੱਸੋ। ਮੈਂ ਕਿਹਾ ਸਾਨੂੰ ਮਜ਼ਾ ਆ ਗਿਆ ਜੀ, 3100 ਕੋਈ ਕਹਾਣੀ ਨਹੀਂ, 31000 ਉਹ ਵੀ ਥੋੜ੍ਹਾ ਹੈ, ਅਸੀਂ 2000 ਰੁਪਇਆ ਤੇਲ ਪਾ ਕੇ ਇੱਥੇ ਆਏ ਹਾਂ, 3100 ਨੂੰ ਮਹਿਸੂਸ ਨਹੀਂ ਹੋ ਰਿਹਾ ਕੁਛ, ਇੰਨਾ ਪਿਆਰੀ ਗੱਲ ਵੀਰ ਜੀ ਨੇ ਕੀਤੀ ਹੈ, ਪੁੱਛੋ ਕੋਈ ਨਾ, ਅਸੀਂ ਕਹਿ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ, ਸਾਨੂੰ ਬੜਾ ਮਜ਼ਾ ਆਇਆ, ਬੜੀ ਸਮਝ ਆਈ ਹੈ ਸਾਰੀ ਗੱਲ ਦੀ, ਕਿਸ ਤਰ੍ਹਾਂ ਬਣਾਉਣਾ ਹੈ, ਕਿਸ ਤਰ੍ਹਾਂ ਕਰਨਾ ਹੈ, ਅਸੀਂ ਅੱਛਾ ਕੰਮ ਚਲਾ ਸਕਦੇ ਹਾਂ, ਆਪਣਾ ਰੁਜ਼ਗਾਰ ਚਲਾ ਸਕਦੇ ਹਾਂ, ਆਪਣਾ ਬਹੁਤ ਅੱਛਾ ਪ੍ਰੋਗਰਾਮ ਬਣਾ ਸਕਦੇ ਹਾਂ, ਐਸੀ ਗੱਲ ਨਹੀਂ ਹੈਗੀ। ਮੈਂ ਜ਼ਿਮੀਦਾਰ ਹੈਗਾ, ਜ਼ਿਮੀਦਾਰ ਕਰਨਾ ਉੱਥੇ ਬਚਦਾ ਨਹੀਂ ਬਚਦਾ ਬਾਅਦ ਦੀ ਗੱਲ ਹੈ, ਪਰ ਸਾਨੂੰ ਇੱਥੇ ਆ ਕੇ ਬਹੁਤ ਮਜ਼ਾ ਆਇਆ, ਬਹੁਤ ਅੱਛਾ ਲੱਗਿਆ, 3100 ਰੁਪਏ ਵਾਲੀ ਕੋਈ ਗੱਲ ਨਹੀਂ ਵੱਡੀ, ਤੁਸੀਂ ਵੀ ਆਓ ਇਸ ਕਹਿੰਦੇ ਹਾਂ, ਇਹਨਾਂ ਦੇ ਕੋਲ ਸਮਝੋ, ਆਪਣੇ ਕਾਰੋਬਾਰ ਚਲਾਓ, ਅੱਜ ਕੱਲ੍ਹ ਕਾਰੋਬਾਰ ਦੀ ਬਹੁਤ ਘਾਟ ਹੈ ਨਹੀਂ, ਬੇਰੁਜ਼ਗਾਰ ਬੱਚੇ ਨੇ, ਗੰਦੇ ਕੰਮ ਕਰ ਰਹੇ ਹਨ, ਉਲਟੇ ਪੁਲਟੇ ਕੰਮ ਕਰ ਰਹੇ, ਨਸ਼ੇ ਕਰ ਰਹੇ ਹਨ, ਉਹਨਾਂ ਤੋਂ ਬਚੋਗੇ ਨਾਲੇ ਤੁਹਾਡੀ ਜ਼ਿੰਦਗੀ ਕਾਮਯਾਬ ਹੋਏਗੀ। ਮੈਂ ਤਾਂ ਯਾਰ, ਆਪਾਂ ਨੇ ਇਹਦੇ ਉੱਤੇ ਵੀ ਲਿਖਿਆ ਵੀ ਹਰ ਘਰ ਰੁਜ਼ਗਾਰ, ਮੈਂ ਤਾਂ ਕਹਿੰਦਾ ਵਾਹਿਗੁਰੂ ਤੁਹਾਨੂੰ ਸਾਨੂੰ ਸਮਤ ਬਖਸ਼ੇ ਅਤੇ ਥਿਆ ਕੇ ਇਹਨਾਂ ਦੇ ਕੋਲ ਟ੍ਰੇਨਿੰਗ ਲਓ ਅਤੇ ਆਪਣਾ ਕਾਮਯਾਬ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਦੋਸਤੋ 3100 ਰੁਪਏ ਦੇ ਵਿੱਚ ਤੁਸੀਂ ਇਹ ਸੋਚੋ ਵੀ ਤੁਹਾਨੂੰ ਕਿੱਡਾ ਵੱਡਾ ਗੁਣ ਮਿਲ ਰਿਹਾ ਅਤੇ ਸਾਰੀ ਜ਼ਿੰਦਗੀ ਕੰਮ ਆਉਣ ਵਾਲਾ ਹੈ, ਅੱਜ ਸਿੱਖ ਲਓ, ਅੱਜ ਨਹੀਂ ਕੱਲ੍ਹ ਨੂੰ, ਪਰਸੋਂ, ਚੌਥੇ, ਜਦੋਂ ਮਰਜ਼ੀ ਕੰਮ ਤੋਰ ਲਓ ਜ਼ਿੰਦਗੀ ਦੇ ਵਿੱਚ। ਅੱਜ ਕੱਲ੍ਹ ਜੇ ਕਿਸੇ ਤੋਂ ਨਾ ਨਿੱਕਾ ਜਿਹਾ ਕੰਮ ਸਿੱਖਣਾ ਹੋਵੇ, 2-2 ਸਾਲ ਉਹ ਪਿੱਛੇ ਧੱਕੇ ਖਵਾਉਂਦਾ ਰਹਿੰਦਾ, ਗੇੜੇ ਮਰਾਉਂਦਾ ਰਹਿੰਦਾ, ਇੱਥੇ ਸਿਰਫ 3100 ਰੁਪਇਆ ਪੇ ਕਰਨਾ ਅਤੇ ਕਿੰਨਾ ਵੱਡਾ ਗੁਣ ਤੁਸੀਂ ਸੋਚ ਕੇ ਦੇਖੋ ਵੀ ਕਿੱਡਾ ਵੱਡਾ ਮਿਲ ਗਿਆ। ਬਾਈ ਜੀ ਕੀ ਹਾਲ ਨੇ? ਵਧੀਆ ਬਾਈ ਜੀ। ਕਿਵੇਂ ਲੱਗਿਆ ਉਰੇ ਆ ਕੇ? ਬਹੁਤ ਵਧੀਆ ਲੱਗਿਆ ਵੀ ਜੀ। ਅੱਛਾ ਤੁਸੀਂ ਕਿੱਥੋਂ ਆਏ ਹੋ? ਵੀ ਜੀ ਮੈਂ ਤਰਨ ਤਾਰਨ ਤੋਂ ਆਇਆ, ਤਰਨ ਤਾਰਨ ਜ਼ਿਲ੍ਹਾ। ਅੱਛਾ ਕੋਈ ਸਵਾਲ ਬਾਕੀ? ਸਵਾਲ ਕੋਈ ਨਹੀਂ, ਬਿਲਕੁਲ ਐਂ ਕੰਮ ਓਕੇ ਸਾਰਾ।
ਅੱਜ ਯੂਥ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੇਰੁਜ਼ਗਾਰ ਨੇ ਜਾਂ ਜਿਹੜੇ ਕੰਮ ਤੋਰਨਾ ਚਾਹੁੰਦੇ ਨੇ? ਇਹੀ ਕਹਿਣਾ ਚਾਹੁੰਦੇ ਕਿ ਆਓ ਵੀਰੂ ਨਾਲ ਸਿੱਖੋ, ਆਪਣਾ ਕੰਮ ਚਲਾਓ, ਆਪਣੇ ਚਾਰ ਪੈਸੇ ਕਮਾਓ, ਘਰਦਿਆਂ ਨੂੰ ਸੁੱਖ ਦਿਓ। ਠੀਕ ਹੈ ਜੀ, ਬਹੁਤ ਵਧੀਆ ਕੰਮ ਚੱਲੀ ਜਾਂਦਾ ਜੀ, ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਵੀਰ ਜੀ। ਹੋਰ ਵੀਰ ਜੀ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਹੜੀ ਜਗ੍ਹਾ ਤੋਂ ਜੀ? ਵੀਰ ਜੀ, ਮੈਂ ਜ਼ਿਲ੍ਹਾ ਤਰਨ ਤਾਰਨ ਅਤੇ ਡਿਸਟ੍ਰਿਕਟ ਭਿਖਮਿੜ ਤੋਂ ਆਇਆ ਜੀ। ਅੱਛਾ, ਕਿਵੇਂ ਲੱਗਿਆ ਉਰੇ ਆ ਕੇ? ਬਹੁਤ ਵਧੀਆ ਲੱਗਾ ਜੀ। ਅੱਛਾ, ਇੱਕ ਗੱਲ ਮੈਂ ਕਹਿਣਾ ਹੁੰਦਾ ਦੋਸਤੋ, ਜਿਵੇਂ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਤਾਂ ਉਹ ਇੱਕ ਦਿਨ ਪਹਿਲਾਂ ਆ ਸਕਦਾ? ਇੱਥੇ ਖਾਣ ਪੀਣ ਰਹਿਣ ਦਾ ਪ੍ਰਬੰਧ ਆ ਸਾਰਾ। ਅੱਛਾ, ਰਾਤ ਤੁਸੀਂ ਇੱਥੇ ਸੀਗੇ ਅਤੇ ਰਾਤ ਕਿਵੇਂ, ਤੁਹਾਨੂੰ ਰਾਤ ਰਹਿ ਕੇ ਕਿਵੇਂ ਲੱਗਿਆ? ਕੋਈ ਸਾਡੇ ਨਾਲ ਗੁੱਸਾ ਗਿਲਾ, ਕੋਈ ਤੁਹਾਡੀ ਸੇਵਾ ਨਾ ਹੋਈ ਹੋਵੇ? ਨਾ, ਬਹੁਤ ਵਧੀਆ ਜੀ, ਸੇਵਾ ਬਹੁਤ ਵਧੀਆ ਜੀ, ਰੋਟੀ ਪਾਣੀ ਵਧੀਆ ਮਿਲਿਆ, ਸੌਣ ਬਹਿਣ ਲਈ ਜਗ੍ਹਾ ਬਹੁਤ ਵਧੀਆ ਮਿਲੀ ਹੈ ਜੀ। ਠੀਕ ਹੈ ਜੀ, ਹਾਂਜੀ। ਤਾਂ ਦੋਸਤੋ, ਤੁਸੀਂ ਵੀ ਅਗਰ ਨਾ ਇੱਕ ਮਤਲਬ ਕਿ ਅਗਰ ਤੁਸੀਂ ਦੂਰੋਂ ਹੋ, ਕਈ ਵਾਰੀ ਲੱਗਦਾ ਵੀ ਯਾਰ ਸੰਡੇ ਨੂੰ ਮੈਂ ਟਾਈਮ 'ਤੇ ਪਹੁੰਚ ਨਹੀਂ ਸਕਦਾ, ਤਾਂ ਤੁਸੀਂ ਆਰਾਮ ਨਾਲ ਇੱਕ ਦਿਨ ਪਹਿਲਾਂ ਆ ਜਾਓ, ਉਰੇ ਪਹੁੰਚ ਜਾਓ, ਇੱਕ ਸ਼ਾਮ ਤੱਕ ਅਸੀਂ ਤੁਹਾਨੂੰ ਉੱਥੋਂ ਪਿੱਕ ਵੀ ਕਰ ਲੈਂਦੇ ਹੁੰਦੇ ਹਾਂ ਜਿੱਥੇ ਤੁਸੀਂ ਉਤਰੋ, ਰੇਲਵੇ ਸਟੇਸ਼ਨ ਉਤਰੋਗੇ, ਬੱਸ 'ਚ ਆਓਗੇ, ਅਸੀਂ ਤੁਹਾਨੂੰ ਇੱਥੇ ਲੈ ਵੀ ਆਉਂਦੇ ਹੁੰਦੇ ਹਾਂ ਅਤੇ ਇੱਥੇ ਆਰਾਮ ਨਾਲ ਖਾਣ ਪੀਣ ਦਾ ਰਹਿਣ ਦਾ ਬਹੁਤ ਸੋਹਣਾ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਪ੍ਰਬੰਧ ਕਰਦੇ ਹਾਂ ਅਤੇ ਤੁਹਾਨੂੰ ਵਧੀਆ ਲੱਗੂ ਇੱਥੇ ਰਾਤ ਸਟੇ ਕਰਕੇ ਵੀ। ਬਾਈ ਜੀ ਕੀ ਹਾਲ ਨੇ? ਬਹੁਤ ਵਧੀਆ ਜੀ। ਅੱਛਾ, ਕਿਵੇਂ ਲੱਗਿਆ ਜੀ? ਬਹੁਤ ਵਧੀਆ, ਵਧੀਆ ਲੱਗਿਆ ਜੀ। ਅੱਛਾ, ਲੱਗਦਾ ਵੀ ਕੰਮ ਕਰ ਲਓਗੇ ਹੁਣ, ਆਈ ਮਾੜੀ ਮੋਟੀ ਐਨਰਜੀ? ਵਧੀਆ ਕੰਮ ਆਇਆ, ਸਿੱਖਣ ਨੂੰ ਮਿਲਿਆ ਜੀ, ਪੂਰਾ ਵਧੀਆ ਜਾਣਕਾਰੀ ਮਿਲੀ ਹੈ। 3100 ਰੁਪਏ ਲੱਗ ਕੇ ਆਏ, ਦੁੱਖ ਜਿਹਾ ਲੱਗਿਆ? ਨਹੀਂ, ਕੋਈ ਦੁੱਖ ਨਹੀਂ ਲੱਗਿਆ ਜੀ। ਅੱਛਾ, ਮਤਲਬ 3100 ਵਸੂਲ ਹੋ ਗਿਆ? ਵਾਧੂ ਹੋ ਗਿਆ ਜੀ। ਅੱਛਾ, ਹੋਰ ਵੀਰ ਜੀ? ਠੀਕ ਠਾਕ ਬਾਈ ਜੀ। ਹੋਰ ਘੈਂਟ ਹੋ? ਅੱਛਾ, ਇਹ ਵੀਰ ਆਪਣੇ ਪਹਿਲਾਂ ਵੀ ਆਏ ਸੀ ਇੱਕ ਵਾਰੀ ਟ੍ਰੇਨਿੰਗ ਦੇ ਵਿੱਚ। ਅੱਛਾ, ਕਿਵੇਂ ਲੱਗਿਆ ਟ੍ਰੇਨਿੰਗ ਦੇ ਵਿੱਚ? ਟ੍ਰੇਨਿੰਗ ਵਧੀਆ ਲੱਗੀ ਜੀ। ਅੱਛਾ, ਮਤਲਬ ਪੂਰਾ ਪ੍ਰੋਪਰ ਹੁਣ ਕੰਮ ਕਰਨ ਦਾ ਮਨ ਹੈ? ਹਾਂਜੀ, ਪੂਰਾ ਪ੍ਰੋਪਰ ਆ ਜੀ। ਆਹ ਦੋਸਤੋ, ਇਹ ਪਿਛਲੀ ਟ੍ਰੇਨਿੰਗ 'ਚ ਆਏ ਸੀ, ਉਸ ਤੋਂ ਪਹਿਲਾਂ ਪਿਛਲੀ 'ਚ ਆਏ ਸੀ ਅਤੇ ਹੁਣ ਇਹ ਵੀਰ ਆਏ ਨੇ, ਆਪਦਾ ਕੰਮ ਸ਼ੁਰੂ ਕਰ ਰਹੇ ਨੇ ਅਤੇ ਮੈਂ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ। ਇਹ ਇਸ ਵਾਰੀ ਆਏ ਨੇ, ਇਹ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ, ਇਸ ਕਰਕੇ ਸੰਡੇ ਆਏ ਸੀਗੇ ਅਤੇ ਹੁਣ ਇਹ ਗੱਲਬਾਤ ਕਰਕੇ ਜਾਣਗੇ। ਤਾਂ ਦੋਸਤੋ, ਮੈਂ ਚਾਹੁੰਦਾ ਵੀ ਅਸੀਂ ਸਪੈਸ਼ਲ ਲਿਖਿਆ ਵੀ ਆ ਬੁੱਕ ਦੇ ਉੱਤੇ ਕਿ ਹਰ ਘਰ ਰੁਜ਼ਗਾਰ, ਅਤੇ ਸਾਡਾ ਇਹ ਸੁਪਨਾ ਕਿ ਹਰ ਘਰ ਅਸੀਂ ਰੁਜ਼ਗਾਰ ਦੇਣਾ। ਸੋ ਦੋਸਤੋ, ਜ਼ਿਆਦਾ ਸੋਚਣ ਦਾ ਕੋਈ ਉਹ ਨਹੀਂ, ਇੱਕ ਵਾਰੀ ਟ੍ਰੇਨਿੰਗ ਲਓ, ਇੱਕ ਵਾਰੀ ਆਓ, ਆ ਕੇ ਕੰਮ ਕਰ ਦੇਖੋ, ਉਸ ਤੋਂ ਬਾਅਦ ਤੁਸੀਂ, ਤੁਹਾਨੂੰ ਕਦੋਂ ਤੁਸੀਂ ਇੱਕ ਬਿਜ਼ਨਸਮੈਨ ਬਣ ਗਏ ਜਾਂ ਕਦੋਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਣਾਉਣੀਆਂ ਆ ਗਈਆਂ ਤੁਹਾਨੂੰ ਪਤਾ ਵੀ ਲੱਗਣਾ।